लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 324। ਹੁਣ ਤੱਕ ਕਬੀਰ ਸਾਹਿਬ ਦੇ 4 ਸ਼ਬਦ ਸੰਪੂਰਨ ਹੋਏ ਨੇ। ਗੌੜੀ ਕਬੀਰ ਜੀ ਨਗਨ ਫਿਰਤ ਜਾਓ ਪਾਈਐ ਜੋਗਾ, ਬਨ ਕਾ ਮਿਰਗ ਮੁਕਤ ਸਭ ਹੋਗਾ। ਹਾਂਜੀ, ਗੌੜੀ ਕਬੀਰ ਜੀ, ਗੌੜੀ ਕਬੀਰ ਜੀ ਨਗਨ ਫਿਰਤ ਜਾ ਪਾਈਐ ਜੋਗ, ਨਗਨ ਫਿਰਤ ਜਾ ਪਾਈਐ ਜੋਗ, ਮਨਕਾ ਮਿਰਗ ਮੁਕਤ ਸਭ ਹੋਗ, ਮਨਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬਾਧੇ ਚਾਮ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ। ਗੌੜੀ ਕਬੀਰ ਜੀ ਨਗਨ ਫਿਰਤ ਜਾਓ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗਾ। ਕਿਉਂਕਿ ਅਸੀਂ ਧਾਰਮਿਕ ਖੇਤਰ ਵਿੱਚ ਵੇਖਦੇ ਹਾਂ ਕਿ ਬਾਹਰਲੇ ਪਹਿਰਾਵੇ ਨਾਲ ਜ਼ਿਆਦਾ ਜੁੜਦੇ ਹਾਂ, ਨੰਗਿਆਂ ਰਹਿ ਕੇ, ਭੁੱਖੇ ਰਹਿ ਕੇ, ਬਿੰਦ ਰੱਖ ਕੇ, ਘਰ ਬਾਰ ਛੱਡ ਕੇ, ਵੀ ਸ਼ਾਇਦ ਉਹ ਬਹੁਤ ਵੱਡਾ ਮਹਾਂਪੁਰਖ ਹੈ, ਵੇਖੋ ਜੀ ਇਹਨਾਂ ਨੇ ਵਿਆਹ ਨਹੀਂ ਕਰਾਇਆ, ਵੇਖੋ ਜੀ ਪਾਣੀ ਨਹੀਂ ਪੀਂਦੇ, ਵੇਖੋ ਜੀ ਦੁੱਧ ਹੀ ਪੀਂਦੇ ਨੇ, ਵੇਖੋ ਜੀ ਰੋਟੀ ਨਹੀਂ ਖਾਧੀ। ਇਹਨਾਂ ਚੀਜ਼ਾਂ ਨਾਲ ਪਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਛਿਪਕਲੀ ਸਾਰੀ ਉਮਰ ਪਾਣੀ ਨਹੀਂ ਪੀਂਦੀ, ਕੀ ਅਸੀਂ ਕਹਿ ਦਿਆਂਗੇ ਕਿ ਉਹ ਪਰਮਾਤਮਾ ਨਾਲ ਸੰਬੰਧ ਹੈ ਉਹਦਾ? ਕੋਈ ਚੀਜ਼ ਕਰਨ ਨਾਲ ਜਾਂ ਨਾ ਕਰਨ ਨਾਲ ਜਾਂ ਇਹ ਰਹਿਣ ਨਾਲ, ਮੈਂ ਤਾਂ ਜੀ ਸੁਣਦਾ ਹੀ ਨਹੀਂ, ਕੰਨ ਹੀ ਬੰਦ ਕਰ ਦਿੱਤੇ, ਸੱਪ ਦੇ ਕੰਨ ਹੀ ਨਹੀਂ ਹੁੰਦੇ, ਮਿਲ ਜਾਣੇ ਚਾਹੀਦੇ ਨੇ। ਉਹ ਜੀ ਕੱਪੜੇ ਨਹੀਂ ਪਾਉਂਦਾ, ਨਾਂਗੇ ਰਹਿੰਦਾ ਹੈ। ਅਤੇ ਕਬੀਰ ਸਾਹਿਬ ਇੱਥੇ ਵੀ ਕਹਿੰਦੇ ਕਿ ਨਗਨ ਫਿਰਤ ਜਾਓ ਪਾਈਆ ਜੋਗ। ਜੇ ਉਸ ਮਾਲਕ ਨਾਲ ਨੰਗਿਆਂ ਰਹਿ ਕੇ ਜੁੜਿਆ ਜਾ ਸਕਦਾ ਹੁੰਦਾ, ਬਨ ਕਾ ਮਿਰਗ ਮੁਕਤ ਸਭ ਹੋਊਗਾ। ਕਹਿੰਦੇ ਬਨਾਂ ਦੇ ਵਿੱਚ, ਜੰਗਲਾਂ ਵਿੱਚ ਜਿੰਨੇ ਵੀ ਜਾਨਵਰ ਨੇ, ਮਿਰਗ ਪੰਛੀ ਨੇ, ਜਿੰਨੇ ਵੀ ਨੇ, ਸਾਰੇ ਭਾਈ ਨੰਗੇ ਨੇ। ਉੱਥੇ ਫਿਰ ਮੁਕਤ ਹੋ ਗਏ ਸੀ ਸਾਰੇ, ਉਹ ਤਾਂ ਜੰਗਲਾਂ 'ਚ ਰਹਿੰਦੇ ਨੇ। ਤੂੰ ਨੰਗਾ ਹੋ ਕੇ ਜੰਗਲ 'ਚ ਗਿਆ ਵੀ ਮੈਂ ਰੱਬ ਨੂੰ ਪਾਲਾਂਗਾ? ਮੈਂ ਕਿਹਾ ਨਹੀਂ, ਉਹ ਤਾਂ ਫਿਰ ਪਹਿਲਾਂ ਹੀ ਹੈਗੇ ਉੱਥੇ, ਤਾਂ ਉਹ ਤਾਂ ਮਿਲ ਜਾਣੇ ਚਾਹੀਦੇ ਸੀ ਉਹਨਾਂ ਨੂੰ। ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨ ਸਿਆਤਮ ਰਾਮ। ਜਦ ਤੱਕ ਅੰਦਰ ਉਸ ਪਰਮਾਤਮਾ ਨੂੰ ਨਹੀਂ ਖੋਜਦਾ, ਕਿਆ ਨਾਂਗੇ ਕਿਆ ਬਾਧੇ ਚਾਮ। ਕਹਿੰਦੇ ਕੀ ਚਮੜਾ ਲਪੇਟ ਕੇ ਤੁਰਿਆ ਫਿਰਦਾ ਸ਼ੇਰ ਦੀ ਖੱਲ ਪਾ ਕੇ ਜਾਂ ਗਧੇ ਦੀ ਖੱਲ ਪਾ ਕੇ ਜਾਂ ਨੰਗਾ ਤੁਰਿਆ ਫਿਰਦਾ, ਉਂਝ ਕਰਨ ਨਾਲ ਪਰਮਾਤਮਾ ਦਾ ਕੋਈ ਲੈਣਾ ਦੇਣਾ? ਜਦ ਤੱਕ ਖੋਜਦਾ ਨਹੀਂ, ਅੰਦਰ ਨਹੀਂ ਖੋਜਦਾ, ਬਾਹਰਲੇ ਪਹਿਰਾਵੇ ਨਾਲ ਤੇਰਾ ਕੁਝ ਨਹੀਂ ਮਿਲੇਗਾ। ਰਹਾਓ ਮੂਨ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਆ ਗਈ ਆ ਕਾਈ। ਜੇ ਸਿਰ ਮੂੰਹ ਮਨਾਉਣ ਨਾਲ ਹੀ ਮਿਲਦਾ ਹੁੰਦਾ
ਤਾਂ ਭੇਡਾਂ ਸਾਲ ਵਿੱਚ ਦੋ ਵਾਰ ਮੁੰਨੀਆਂ ਜਾਂਦੀਆਂ ਨੇ, ਕਹਿੰਦੇ ਉਹਨਾਂ ਨੂੰ ਤਾਂ ਮਿਲ ਜਾਣਾ ਚਾਹੀਦਾ ਸੀ। ਕਬੀਰ ਸਾਹਿਬ ਕਹਿੰਦੇ ਫਿਰ ਮਿੰਦ ਰਾਖ ਜੋ ਤਰੀ ਹੈ ਭਾਈ, ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ। ਜੇ ਤੂੰ ਕਹਿੰਦਾ ਕਿ ਬਿੰਦ ਰੱਖ ਕੇ ਭਾਵ ਆਪਣੇ ਆਪ ਨੂੰ ਜਤੀ ਸਤੀ ਖਵਾ ਕੇ ਘਰ ਬਾਰ ਛੱਡ ਕੇ ਵਿਆਹ ਨਾ ਕਰਾ ਕੇ ਜੇ ਮਿਲਦਾ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਖੁਸਰੇ ਨੂੰ ਤਾਂ ਮਿਲ ਜਾਣਾ ਚਾਹੀਦਾ ਸੀ, ਫਿਰ ਖੁਸਰੇ ਨੂੰ ਪੂਜਿਆ ਕਰੋ ਮਹਾਰਾਜ। ਕਹਿੰਦੇ ਫਿਰ ਉਹਨੂੰ ਕਿਉਂ ਨਹੀਂ ਪੂਜਦੇ, ਫਿਰ ਤੁਸੀਂ ਉਹਨੇ ਕਿਉਂ ਨਹੀਂ ਪਾਈ ਪਰਮਗਤ, ਇਹ ਉੱਚੀ ਅਵਸਥਾ ਉਹਨੇ ਪ੍ਰਾਪਤ ਕਿਉਂ ਨਹੀਂ ਕੀਤੀ, ਫਿਰ ਉਹਦਾ ਤਾਂ ਕੋਈ ਸੰਬੰਧ ਨਹੀਂ ਕਿਸੇ ਨਾਲ। ਕਹੋ ਕਬੀਰ ਸੁਣੋ ਨਾਲ ਭਾਈ, ਅਖੀਰ 'ਚ ਫਿਰ ਫੈਸਲਾ ਦਿੰਦੇ ਭਾਈ ਐ ਗੁਰਮੁਖ ਪਿਆਰਿਓ ਸੁਣਨਾ ਕਰੋ ਇਸ ਗੱਲ ਨੂੰ, ਰਾਮ ਨਾਮ ਬਿਨ ਕਿਨ ਗਤ ਪਾਈ। ਕਹਿੰਦੇ ਦੱਸੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਹਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ, ਨਾਮ ਵਾਲੀ ਅਵਸਥਾ ਨੂੰ। ਨਾਮ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ, ਬਾਹਰਲੇ ਜਿੰਨੇ ਮਰਜ਼ੀ ਪਏ ਕਰਮਕਾਂਡ ਕਰਦੇ ਰਹੋ। ਹਾਂਜੀ, ਗੌੜੀ ਕਬੀਰ ਜੀ, ਗੌੜੀ ਕਬੀਰ ਜੀ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ, ਜੋ ਪੈ ਰਾਮ ਰਾਮ ਰਤ ਨਾਹੀ, ਜੋ ਪੈ ਰਾਮ ਰਾਮ ਰਤ ਨਾਹੀ, ਸਭ ਧਰਮ ਰਾਏ ਕਹਿ ਜਾਹੀ, ਇਹ ਸਭ ਧਰਮ ਰਾਏ ਕਹਿ ਜਾਹੀ, ਆਓ ਕਾਇਆ ਰਤ ਬਹੁ ਰੂਪ ਰਚਾਈ, ਕਾਇਆ ਰਤ ਬਹੁ ਰੂਪ ਰਚਾਈ, ਤਿਨਕੋ ਦਇਆ ਸੁਪਨੇ ਪੀ ਨਾਹੀ, ਤਿਨਕੋ ਦਇਆ ਸੁਪਨੇ ਪੀ ਨਾਹੀ, ਚਾਰ ਚਰਨ ਕਹੈ ਬਹੁ ਆਗਰ, ਚਾਰ ਚਰਨ ਕਹੈ ਬਹੁ ਆਗਰ, ਸੁਖ ਪਾਵੈ ਕਲ ਸਾਗਰ, ਸਾਧੂ ਸੁਖ ਪਾਵੈ ਕਲ ਸਾਗਰ, ਕਬੀਰ ਬਹੁ ਕਾਏ ਕਰੀਜੈ, ਓ ਕਬੀਰ ਬਹੁ ਕਾਏ ਕਰੀਜੈ, ਸੋੜ ਮਹਾਰਸ ਪੀਜੈ, ਸਰਬਸ ਸੋੜ ਮਹਾਰਸ ਪੀਜੈ। ਗੌੜੀ ਕਬੀਰ ਜੀ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉ ਭਏ ਦਾਦੁਰ ਪਾਣੀ ਮਾਹੀ। ਸੰਧਿਆ ਪ੍ਰਾਤ ਸ਼ਾਮ ਨੂੰ ਸਵੇਰੇ ਤੱਕ ਕਹਿੰਦੇ ਵਾਰ ਵਾਰ ਇਸ਼ਨਾਨ ਕਰਦਾ ਰਹਿੰਦਾ ਹੈ, ਹਰ ਵਾਰੀ ਨਹਾ ਕੇ ਬੈਠਣਾ, ਹਰ ਵਾਰੀ ਨਹਾ ਕੇ ਬੈਠਣਾ। ਕਹਿੰਦੇ ਭਾਈ ਉਹਨਾਂ ਦੀ ਹਾਲਤ ਇਹ ਹੈ, ਜਿਉ ਭਏ ਦਾਦੁਰ ਪਾਣੀ ਮਾਹੀ, ਜਿਵੇਂ ਡੱਡੂ ਪਾਣੀ 'ਚ ਹੁੰਦਾ। ਡੱਡੂ ਤੇ ਫਿਰ ਮੁਕਤ ਹੋ ਜਾਣਾ ਚਾਹੀਦਾ ਸੀ। ਜੋ ਪੈ ਰਾਮ ਰਾਮ ਰਤ ਨਾਹੀ, ਜਦ ਤੱਕ ਉਸ ਪਰਮਾਤਮਾ ਨਾਲ ਮਨ ਨਹੀਂ ਭਿੱਜਦਾ ਤੇ ਸਭ ਧਰਮ ਰਾਏ ਕਹਿ ਜਾਹੀ। ਕਹਿੰਦੇ ਇਹ ਬਾਹਰਲੇ ਕਰਮ ਕਾਂਡ ਜਿੰਨੇ ਸਭ ਧਰਮ ਰਾਜ ਤੱਕ ਹੀ ਰਹਿ ਜਾਂਦੇ ਨੇ, ਇੱਥੇ ਤੱਕ ਅੱਗੇ ਨਹੀਂ ਜਾਂਦੇ। ਇਹ ਕਬੀਰ ਸਾਹਿਬ ਕਹਿੰਦੇ ਅੱਗੇ ਤੱਕ ਨਹੀਂ ਜਾਂਦੇ, ਨਾਲ ਨਹੀਂ ਜਾਣਗੇ, ਇੱਥੇ ਤੱਕ ਹੀ ਰਹਿ ਗਿਆ ਬਸ, ਹਉਮੈ ਤੱਕ ਸੀਮਤ ਹੋ ਗਿਆ ਕਿ ਮੈਂ ਆਹ ਕੰਮ ਕਰਦਾ ਆ ਰਿਹਾ ਇੰਨੇ ਚਿਰ ਤੋਂ। ਕਹਿੰਦੇ ਇੱਥੇ ਖਲੁੱਕ ਗਿਆ ਬਸ। ਰਹਾਓ ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕਹੋ ਦਇਆ ਸੁਪਨੇ ਪੀ ਨਾਹੀ। ਸਰੀਰ ਨੂੰ ਬੜਾ ਸ਼ਿੰਗਾਰਦਾ, ਤਰ੍ਹਾਂ ਤਰ੍ਹਾਂ ਦੇ ਖੰਡੇ ਲਾਉਂਦਾ, ਤਰ੍ਹਾਂ ਤਰ੍ਹਾਂ ਦੇ ਉਹ ਕਰਦਾ, ਜਾਂ ਤਰ੍ਹਾਂ ਤਰ੍ਹਾਂ ਦੇ ਟਿੱਕੇ ਲਾਉਂਦਾ ਧਾਰਮਿਕ ਦਿਖਾਵੇ ਵਾਸਤੇ, ਸਰੀਰ ਨੂੰ ਪਿਆ ਸ਼ਿੰਗਾਰੀ ਜਾਂਦਾ। ਤਿਨ ਕਹੋ ਦਇਆ ਸੁਪਨੇ ਪੀ ਨਾਹੀ, ਪਰ ਕਹਿੰਦੇ ਦਇਆ ਤਾਂ ਸੁਪਨੇ ਵਿੱਚ ਨਹੀਂ ਆਈ ਕਦੇ, ਕਿ ਦਇਆ ਧਰਮ ਕਾ ਮੂਲ ਹੈ, ਦਇਆ ਤੋਂ ਬਿਨਾਂ ਧਰਮ ਦਾ ਉਪਜ ਹੀ ਨਹੀਂ ਸਕਦਾ।
ਧਰਮ ਦੀ ਗੱਲ ਹੀ ਨਹੀਂ ਤੁਰ ਸਕਦੀ ਦਇਆ ਤੋਂ ਬਿਨਾਂ ਅੱਗੇ। ਚਾਰ ਚਰਨ ਕਹਿ ਬਵਾਗਰ, ਸਾਡੀ ਧਾਰਮਿਕਾਂ ਪੁਸਤਕਾਂ ਜਿਹੜੀਆਂ ਉਹ ਚਾਰ ਵਰਨ ਮੰਨਦੇ ਨੇ, ਚਾਰ ਚਰਨ ਨੇ ਕਹਿੰਦੇ ਧਰਮ ਦੇ, ਸੱਤ, ਤਪ, ਦਇਆ ਅਤੇ ਦਾਨ, ਇਹ ਚਾਰ ਪੈਰ ਨੇ ਮੰਨੇ ਗਏ। ਕਹਿੰਦੇ ਨਾ ਸੱਤ ਹੈ, ਨਾ ਤਪ ਹੈ, ਨਾ ਦਇਆ ਹੈ, ਨਾ ਦਾਨ ਹੈ, ਕੁਝ ਵੀ ਨਹੀਂ, ਸਿਰਫ ਬਾਹਰਲੇ ਸਰੀਰ ਦਾ ਵਿਖਾਵਾ। ਸਾਧੂ ਸੁਖ ਭਾਵੈ ਕਲ ਸਾਗਰ, ਪਰ ਜਿਹੜੇ ਤੇਰੇ ਪਿਆਰੇ ਨੇ ਉਹ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਸੁੱਖ ਪ੍ਰਾਪਤ ਕਰਦੇ ਨੇ ਤੇਰੇ ਨਾਮ ਕਰਕੇ। ਸਾਧੂ ਸੁਖ ਭਾਵੈ ਕਲ ਸਾਗਰ, ਕਹੋ ਕਬੀਰ ਬਹੁ ਕਾਹੀ ਕਰੀਜੈ। ਕਬੀਰ ਸਾਹਿਬ ਕਹਿੰਦੇ ਫਿਰ ਬਹੁਤਾ ਕੀ ਕਹੀਏ ਭਾਈ, ਸਰਬਸ ਛੋਟ ਮਹਾਰਸ ਪੀਜੈ। ਕਹਿੰਦੇ ਸਭ ਕੁਝ ਛੱਡ ਦੇ, ਸਿਰਫ ਤੇ ਸਿਰਫ ਉਸ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪੀਣਾ ਕਰ, ਭਾਵ ਨਾਮ ਜਪਣਾ ਕਰ ਇਸ ਜ਼ਬਾਨ ਨਾਲ, ਇਹ ਕਰਮਕਾਂਡ ਬਾਹਰਲੇ ਤਿਆਗ ਦੇ, ਇਹਨਾਂ ਵਿੱਚੋਂ ਤੁਹਾਨੂੰ ਕੁਝ ਨਹੀਂ ਮਿਲੇਗਾ। ਹਾਂਜੀ ਕਬੀਰ ਜੀ ਗੌੜੀ, ਕਬੀਰ ਜੀ ਗੌੜੀ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾਂ ਕੈ ਹਿਰਦੈ ਭਾਉ ਹੈ ਦੂਜਾ, ਜਾਂ ਕੈ ਹਿਰਦੈ ਭਾਉ ਹੈ ਦੂਜਾ, ਰੇ ਜਨ ਮਨ ਮਨ ਮਾਧੋ ਸਿਉਂ ਲਾਈਐ, ਰੇ ਜਨ ਮਨ ਮਾਧੋ ਸਿਉਂ ਲਾਈਐ, ਤੁਰਾਈ ਨਾ ਚਤੁਰ ਭੁਜ ਪਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ, ਰਹਾਉ ਰਹਾਉ ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਲੋਭ ਅਰ ਲੋਕਾਚਾਰ, ਹਰ ਕਾਮ ਕ੍ਰੋਧ ਅਹੰਕਾਰ, ਹਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬਦੇ ਅਹਮੇਵ, ਕਰਮ ਕਰਤ ਬਦੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵਾ, ਮਿਲ ਪਾਥਰ ਕੀ ਕਰਹੀ ਸੇਵਾ, ਕਹੋ ਕਬੀਰ ਭਗਤ ਕਰ ਪਾਇਆ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਕਬੀਰ ਜੀ ਗੌੜੀ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾਂ ਕਹਿ ਹਿਰਦੈ ਭਾਉ ਹੈ ਦੂਜਾ। ਮਹਾਰਾਜ ਕਹਿੰਦੇ ਜੇ ਹਿਰਦੇ ਵਿੱਚ ਹੋਰ ਪ੍ਰੇਮ ਹੈ ਮਾਇਆ ਦਾ, ਸੰਸਾਰ ਦਾ, ਇਹ ਬਾਹਰਲੇ ਵਰਤ ਤਪ ਪੂਜਾ ਕੀ ਕਰਨਗੀਆਂ, ਲੋਕ ਵਿਖਾਵਾ ਕੀ ਕਰੇਗਾ, ਅੰਦਰ ਤਾਂ ਕੁਝ ਹੋਰ ਹੈ। ਜੋ ਜੀਓ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ, ਜੋ ਸਾਡੇ ਚੀਜ਼ ਅੰਦਰ ਹੈ ਬੀਜੀ ਹੋਈ ਵੀ ਉਗਣੀ ਤੇ ਉਹੀ ਹੈ ਜੀ, ਬਾਹਰੋਂ ਭਾਵੇਂ ਜੋ ਮਰਜ਼ੀ ਪੇ ਬੋਲਦੇ ਰਹੀਏ, ਜੋ ਅੰਦਰ ਹੈ ਉਗਣਾ ਤੇ ਉਹ ਹੈ, ਫਲ ਉਹਨੇ ਦੇਣਾ ਜਿਹੜੀ ਚੀਜ਼ ਸਾਡੇ ਅੰਦਰ ਹੈ। ਤਾਂ ਮਾਰ ਕਹਿੰਦੇ ਬਾਹਰਲਾ ਵਿਖਾਵਾ ਕੀ ਕਰੇਗਾ, ਇਹ ਜਪ ਕਿਆ ਤਪ ਕਿਆ ਵਰਤ ਪੂਜਾ, ਇਹ ਵਰਤ ਰੱਖਣੇ, ਪੂਜਾ ਕਰਨੀ, ਜਪ ਕਰਨੇ, ਤਪ ਕਰਨੇ, ਇਹ ਕਾਹਦੇ ਵਾਸਤੇ? ਜਾਂ ਕਹਿ ਰਿਹਾ ਭਾਉ ਹੈ ਦੂਜਾ, ਜੇ ਭਾਉ ਪ੍ਰੇਮ ਤੇ ਹੋਰ ਪਾਸੇ ਹੈ। ਰੇ ਜਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨੇ ਚਤੁਰ ਭੁਜ ਪਾਈਐ। ਬੜੇ ਸਪਸ਼ਟ ਲਫਜ਼ਾਂ 'ਚ ਕਬੀਰ ਸਾਹਿਬ ਨੇ ਰਹਾਉ ਦੀ ਪੰਕਤੀ ਬੋਲੀ, ਰੇ ਜਨ ਹੈ ਮੇਰੇ ਪਿਆਰੇ ਜਨੋ, ਮਨ ਮਾਧੋ ਸਿਉਂ ਲਾਈਐ, ਇਸ ਮਨ ਨੂੰ ਉਸ ਪਰਮਾਤਮਾ ਨੂੰ ਲਾ। ਚਤੁਰਾਈ ਨੇ ਚਤੁਰ ਭੁਜ ਪਾਈਐ, ਉਸ ਚਤੁਰ ਭੁਜ ਨੂੰ, ਉਸ ਚਾਰ ਬਾਹਾਂ ਵਾਲੇ ਨੂੰ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਿਹਦੀਆਂ ਬਾਹਾਂ ਚਾਰੇ ਦਿਸ਼ਾਵਾਂ ਵਿੱਚ ਨੇ, ਭਾਵ ਜੀ ਦਾ ਬਲ ਚਾਰੇ ਪਾਸੇ ਹੈ,
ਉਸ ਪਰਮਾਤਮਾ ਨੂੰ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚਤੁਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ, ਚਲਾਕੀਆਂ ਨਾਲ ਨਹੀਂ ਪਾਇਆ ਜਾ ਸਕਦਾ। ਸਹਿਜ ਸਿਆਣ ਪਾਲਕ ਹੋਹੈ ਤਾਂ ਇੱਕ ਨਾ ਚੱਲੈ ਨਾਲ, ਇਹਨਾਂ 'ਚੋਂ ਤੇਰੀਆਂ ਸਿਆਣਪਾਂ ਚਤੁਰਾਈਆਂ ਨਾਲ ਨਹੀਂ ਜਾਣਗੀਆਂ। ਰਹਾਉ ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਜੇ ਉਹਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰਮਾਤਮਾ ਨੂੰ, ਕਬੀਰ ਸਾਹਿਬ ਨੇ ਫਾਰਮੂਲਾ ਦਿੱਤਾ ਬੜਾ ਵਧੀਆ, ਕਹਿੰਦੇ ਫਿਰ ਛੱਡਣੀਆਂ ਪੈਣਗੀਆਂ ਕੋਈ ਚੀਜ਼ਾਂ। ਪਰ ਹਰ ਤਿਆਗ, ਲੋਭ ਅਰ ਲੋਕਾਚਾਰ, ਪਹਿਲੀ ਗੱਲ ਤਾਂ ਮਨ ਅੰਦਰੋਂ ਲੋਭ ਛੱਡ ਦੇ, ਦੂਜੀ ਲੋਕਾਚਾਰ ਛੱਡ ਦੇ। ਅਸੀਂ ਬਹੁਤੇ ਕੰਮ ਲੋਕਾਚਾਰੀ ਕਰਕੇ ਹੀ ਕਰਦੇ ਹਾਂ, ਵਿਖਾਵਾ, ਲੋਕ ਦਿਖਾਵਾ, ਕਹਿੰਦੇ ਛੱਡ ਦੇ। ਪਰ ਹਰ ਕਾਮ ਕ੍ਰੋਧ ਅਹੰਕਾਰ, ਅੰਦਰੋਂ ਕਾਮ ਅਤੇ ਕ੍ਰੋਧ ਅਤੇ ਹੰਕਾਰ ਨੂੰ ਤਿਆਗ ਦੇ। ਇਹ ਪੰਜ ਚੀਜ਼ਾਂ ਤਿਆਗ, ਲੋਭ ਨੂੰ, ਲੋਕਾਚਾਰ ਨੂੰ, ਕਾਮ ਕ੍ਰੋਧ ਅਤੇ ਹੰਕਾਰ ਨੂੰ, ਇਹਨਾਂ ਨੂੰ ਤਿਆਗ ਪਹਿਲਾਂ। ਕਰਮ ਕਰਤ ਬਦੇ ਅਹਮੇਵ, ਮੇਰ ਪਾਥਰ ਕੀ ਕਰਹੀ ਸੇਵ। ਕਹਿੰਦੇ ਕਰਮ ਤਾਂ ਕਰਦੇ ਰਹੇ ਪਰ ਨਾਲ ਵੱਧ ਗਏ ਹੰਕਾਰ 'ਚ ਕਿ ਮੈਂ ਇੰਨੇ ਚਿਰ ਤੋਂ ਇਹ ਕਰ ਰਿਹਾ ਅਤੇ ਸਾਨੂੰ ਗਿਣਤੀਆਂ 'ਚ ਪਾ ਦਿੱਤਾ ਗਿਆ, ਇੰਨੀਆਂ ਗਿਣਤੀ, ਇੰਨੇ ਪਾਠ, ਇੰਨੀਆਂ ਮਾਲਾ। ਉਹਦੇ ਨਾਲ ਸਾਡੇ ਅੰਦਰ ਹੰਕਾਰ ਵੱਧ ਗਿਆ ਕਿ ਮੈਂ ਇੰਨੇ ਚਿਰ ਤੋਂ ਕਰਦਾ ਆ ਰਿਹਾ, ਮੈਂ ਇੰਨੇ ਚਿਰ ਤੋਂ ਆਹ ਕਰਦਾ ਆ ਰਿਹਾ। ਮੈਂ ਕਿ ਨਹੀਂ ਭਾਈ, ਜਿੱਥੇ ਪ੍ਰੇਮ ਹੈ ਉੱਥੇ ਤਾਂ ਗਿਣਤੀ ਹੁੰਦੀ ਹੋਈ ਨਹੀਂ, ਉੱਥੇ ਗਿਣਤੀ ਦਾ ਮਤਲਬ ਵੀ ਕੋਈ ਨਹੀਂ। ਕਰਮ ਕਰਤ ਵਧੇ, ਕਹਿੰਦੇ ਬੰਨੇ ਗਏ ਹੰਕਾਰ 'ਚ, ਮੇਰੇ ਪਾਥਰ ਕੀ ਕਰਹੀ ਸੇਵਾ। ਕਹਿੰਦੇ ਪੱਥਰ ਨੂੰ ਪੂਜਦੇ ਰਹੇ, ਉਹਦੀ ਸੇਵਾ ਕਰਦੇ ਰਹੇ। ਕਹੋ ਕਬੀਰ ਭਗਤ ਕਰ ਪਾਇਆ, ਕਬੀਰ ਸਾਹਿਬ ਕਹਿੰਦੇ ਜਿਹਨੇ ਵੀ ਪਾਇਆ ਭਾਈ, ਭਗਤੀ ਕਰਕੇ ਪਾਇਆ, ਖੋਜ ਕਰਕੇ। ਭੋਲੇ ਭਾਏ ਮਿਲੇ ਰਘੁਰਾਇਆ, ਉਹ ਰਘੁਰਾਇਆ, ਉਹ ਵਾਹਿਗੁਰੂ ਅਕਾਲ ਪੁਰਖ ਚਤੁਰਾਈਆਂ ਨਾਲ ਨਹੀਂ, ਕਹਿੰਦੇ ਭੋਲੇ ਭਾਓ ਮਿਲੇਗਾ, ਭੋਲੇ ਭਾਓ। ਦਾਸ ਨੇ ਪਹਿਲਾਂ ਵੀ ਕਈ ਵਾਰੀ ਕਿਹਾ ਇਹ ਗੱਲ ਨੂੰ, ਅੱਜ ਵੀ ਚੇਤੇ ਕਰ ਲਓ ਕਿ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਉੱਤੇ, ਇਸ ਮਿਸ਼ਨ ਦੇ ਉੱਤੇ ਸਿਰਫ ਦੋ ਤਰ੍ਹਾਂ ਦੇ ਬੰਦੇ ਚੱਲ ਸਕਦੇ ਨੇ, ਬਾਲਾ ਅਤੇ ਮਰਦਾਨਾ, ਜਾਂ ਤਾਂ ਬਾਲ ਬੁੱਧੀ ਵਾਲਾ, ਜਾਂ ਫਿਰ ਸੂਰਮਾ ਜਿਹੜਾ ਆਪਣੇ ਇਹਨਾਂ ਵਿਕਾਰਾਂ ਨਾਲ ਗਿਆਨ ਦੀ ਖੜਗ ਲੈ ਕੇ ਲੜ ਸਕਦਾ ਹੋਵੇ, ਜਾਂ ਤਾਂ ਉਹ ਚੱਲ ਸਕਦਾ, ਅਤੇ ਜਾਂ ਫਿਰ ਭੋਲੇ ਪਾਓ ਮਿਲੇ ਰਘੁਰਾਇਆ। ਕਹਿੰਦੇ ਭੋਲੇ ਪਾਓ ਜਿਹਨੇ ਆਪਣੇ ਆਪ ਨੂੰ ਸਮਰਪਿਤ ਹੀ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਮਰਜ਼ੀ ਹਾਲਤ 'ਚ ਰੱਖੋ, ਸਾਡੀ ਮਤ ਥੋੜ੍ਹੀ ਹੈ, ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ, ਚੰਗੇ ਹਾਂ, ਮੰਦੇ ਹਾਂ, ਤੇਰੇ ਬੰਦੇ ਹਾਂ। ਫਿਰ ਉਹ ਆਪ ਹੀ ਸੰਭਾਲ ਲੈਂਦਾ ਅਤੇ ਭੋਲੇ ਪਾਓ ਉਹਨੂੰ ਸਿਮਰਦੇ ਨੇ, ਭੋਲੇ ਪਾਓ ਧਿਆਉਂਦੇ ਨੇ, ਬਾਣੀ ਨੂੰ ਪੜ੍ਹਦੇ ਨੇ, ਆਨੰਦ ਲੈਂਦੇ ਨੇ, ਅਤੇ ਉਹ ਆਪਣੇ ਜੀਵਨ ਵਿੱਚ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਨੇ। ਹਾਂਜੀ, ਗੌੜੀ ਕਬੀਰ ਜੀ, ਗੌੜੀ ਕਬੀਰ ਜੀ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬਿੰਦ ਤੇ ਸਭ ਉਤਪਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਕਹਿ ਕਹਿ ਜਨਮ ਮਤ ਖੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਰਹਾਉ ਰਹਾਉ ਜਾਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਜਾਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ, ਆਨ ਬਾਟ ਕਾਹੇ ਨਹੀਂ ਆਇਆ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ, ਹਮ ਕਤ ਲੋਹੂ ਤੁਮ ਕਤ ਦੂਦ। ਓ ਕਬੀਰ ਜੋ ਬ੍ਰਹਮ ਵਿਚਾਰੈ, ਓ ਕਬੀਰ ਜੋ ਬ੍ਰਹਮ ਵਿਚਾਰੈ, ਤੋ ਬ੍ਰਾਹਮਣ ਕਹੀਅਤ ਹੈ ਹਮਾਰੈ। ਕਿਉਂਕਿ ਸਾਡਾ ਦੇਸ਼ ਗੁਲਾਮ ਹੀ ਇਹਨਾਂ ਕਾਰਨਾਂ ਕਰਕੇ ਹੋਇਆ। 1100 ਸਾਲ ਦੇਸ਼ ਭਾਰਤ ਵਰਸ਼ ਗੁਲਾਮ ਰਿਹਾ, ਅੱਜ ਵੀ ਅਸੀਂ ਗੁਲਾਮ ਹੀ ਹਾਂ, ਮਾਨਸਿਕ ਤੌਰ 'ਤੇ ਆਜ਼ਾਦ ਨਹੀਂ ਹੈਗੇ। ਜਾਤਾਂ ਪਾਤਾਂ ਵਿੱਚ ਵੰਡ ਕੇ, ਧਰਮਾਂ ਦੇ ਨਾਂ 'ਤੇ ਵੰਡ ਕੇ, ਬੋਲੀ ਦੇ ਆਧਾਰ 'ਤੇ ਵੰਡ ਕੇ ਖੰਡ ਖੰਡ ਕਰ ਦਿੱਤਾ ਦੇਸ਼ ਨੂੰ। ਅਤੇ ਫਿਰ ਇਸ ਅਖੰਡਤਾ ਤੋਂ ਸਾਨੂੰ ਖਤਰਾ ਵੀ ਹੋ ਗਿਆ ਨਾਲ ਹੀ। ਇਸ ਅਖੰਡਤਾ ਦੇ ਕਰਕੇ, ਇਸ ਧਰਮ ਦੇ ਨਾਂ ਦੇ ਉੱਤੇ, ਇਸ ਅਖੰਡਤਾ ਦੇ ਨਾਂ ਉੱਤੇ ਵਿਦੋਸ਼ੀਆਂ ਨੂੰ ਮਾਰਿਆ ਵੀ ਜਾਂਦਾ ਹੈ ਵੀ ਏਕਤਾ ਅਤੇ ਅਖੰਡਤਾ 'ਚ ਵਿਘਣ ਪੈਂਦਾ ਜੀ। ਜੇ ਕੋਈ ਸੱਚ ਬੋਲ ਦਿਓਗੇ ਰੌਲਾ ਪੈ ਜਾਂਦਾ। ਵੇਖੋ, ਇਹ ਉਦੋਂ ਵੀ ਅੱਜ ਤੋਂ 650 ਸਾਲ ਪਹਿਲਾਂ ਕਬੀਰ ਸਾਹਿਬ ਬਿਆਨ ਕਰਦੇ ਨੇ ਕਾਂਸ਼ੀ 'ਚ, ਕਿਉਂਕਿ ਕਬੀਰ ਸਾਹਿਬ ਦਾ ਜਨਮ ਜਿਹੜਾ ਹੈ ਉਹ ਜੁਲਾਹਾ ਉਹ ਕਰਦਾ। ਅਤੇ ਲੋਕ ਬੜਾ, ਹੁਣ ਤਾਂ ਖੈਰ ਬੜਾ ਫਰਕ ਹੈ, ਬੜੀ ਚੰਗੀ ਗੱਲ ਹੋਈ ਇਸ ਗੱਲ 'ਤੇ ਥੋੜ੍ਹਾ ਜਿਹਾ ਲੋਕਾਂ ਨੂੰ ਸੋਝੀ ਹੋਈ। ਉਦੋਂ ਤਾਂ ਪਾਣੀ ਵੀ ਅੱਡ ਅੱਡ ਸੀ, ਘੜੇ ਵੀ ਅੱਡ ਅੱਡ ਸੀ, ਦੇਖ ਕੇ ਰਾਜ਼ੀ ਨਹੀਂ ਸੀ ਚੰਗੇ ਜਾਂ ਮਾੜੇ ਬੰਦੇ ਨੂੰ। ਇੱਥੇ ਫਿਰ ਕਬੀਰ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਫਿਰ, ਕਿਉਂਕਿ ਸੋਝੀ ਹੋਈ, ਪਤਾ ਲੱਗਿਆ, ਸੱਚ ਲੱਗਿਆ। ਅਤੇ ਸੱਚ ਨੂੰ ਫਿਰ ਮਹਾਰਾਜ ਨੇ ਕਬੀਰ ਸਾਹਿਬ ਨੇ ਬਿਆਨ ਕੀਤਾ। ਗੌੜੀ ਕਬੀਰ ਜੀ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਜਦੋਂ ਬੱਚਾ ਆਪਣੀ ਮਾਤਾ ਦੇ ਪੇਟ ਵਿੱਚ ਹੁੰਦਾ ਉਹਦੀ ਕੋਈ ਕੁੱਲ, ਉਹਦੀ ਕੋਈ ਜਾਤ ਨਹੀਂ ਹੁੰਦੀ। ਅਤੇ ਬਹੁਤੇ ਲੋਕ ਕਹਿੰਦੇ ਨੇ ਜੀ ਨਹੀਂ, ਜਿਹੜੀ ਉਹਦੀ ਮਾਂ ਹੈ ਉਹਦੀ ਜਾਤ ਹੈ। ਪੁੱਛੀਦਾ ਫਿਰ ਕਈ ਵਾਰੀ, ਦਾਸ ਨਾਲ ਇਹ ਘਟਨਾ ਵਾਪਰੀ, ਮੈਂ ਜ਼ਰੂਰ ਸਾਂਝੀ ਕਰੂੰਗਾ ਕਿ ਇੱਕ ਬੀਬੀ ਹੈ ਉਹ ਸ਼ੂਦਰ ਸੀ, ਉਹਦੇ ਘਰ ਵੀ ਬੱਚਾ ਹੋਇਆ ਹੋਸਪਿਟਲ ਦੇ ਵਿੱਚ ਸਾਡੇ ਉੱਥੇ। ਇੱਕ ਜਿਹਨੂੰ ਅਖੌਤੀ ਉੱਚੀ ਜਾਤੀ ਦਾ ਕਹਿੰਦੇ ਹਾਂ ਬ੍ਰਾਹਮਣ, ਉਹਦੇ ਘਰ ਵੀ ਨਾਲ ਬੱਚਾ ਹੋਣਾ ਸੀ। ਉਹਨਾਂ ਨੂੰ ਲੋੜ ਪੈ ਗਈ ਖੂਨ ਦੀ, ਲੋੜ ਖੂਨ ਦੀ ਪੈ ਗਈ ਉੱਥੇ, ਬਲੱਡ ਦੀ, ਮੌਕੇ 'ਤੇ ਖੂਨ ਨਾ ਮਿਲਿਆ। ਅਤੇ ਵੇਖੋ ਤੁਸੀਂ ਖੂਨ ਲੈਣ ਲੱਗਿਆ, ਪੁੱਛਿਆ ਕਦੇ ਕਿਸੇ ਨੇ ਵੀ ਇਹ ਖੂਨ ਕਿਹਦਾ? ਜਦੋਂ ਅਸੀਂ ਬਲੱਡ ਲਾਉਂਦੇ ਹਾਂ ਕਦੇ ਪੁੱਛਦੇ ਹਾਂ ਕਿਸੇ ਨੂੰ ਵੀ ਖੂਨ ਕਿਹਦਾ? ਹਿੰਦੂ ਦਾ ਹੈ, ਮੁਸਲਮਾਨ ਦਾ ਹੈ, ਸ਼ੂਦਰ ਦਾ ਕਿ ਬ੍ਰਾਹਮਣ ਦਾ ਹੈ? ਕੋਈ ਨਹੀਂ ਪੁੱਛਦਾ। ਉਸ ਬੇਟੇ ਨੇ, ਉਸ ਮੁੰਡੇ ਨੇ ਖੂਨ ਦਿੱਤਾ ਆਪਣਾ, ਉਹਦੇ ਬੱਚਾ ਹੋਇਆ, ਬੇਟਾ ਹੋਇਆ, ਕੋਈ ਗੱਲਾਂ ਚੱਲੀਆਂ। ਉਸ ਤੋਂ ਬਾਅਦ ਉਹ ਇਹੀ ਗੱਲਾਂ ਲੈ ਕੇ ਬਹਿ ਗਏ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਜੀ ਇਸ ਬੱਚੇ ਨੂੰ ਜਿਹੜਾ ਬਲੱਡ ਲੱਗਿਆ ਸੀ ਉਹਦਾ ਲੱਗਿਆ ਸੀ? ਕਹਿੰਦੇ ਕੀ ਮਤਲਬ? ਫਿਰ ਮੈਂ ਹੁਣ ਅੱਧਾ ਦਾ ਸ਼ੂਦਰ ਇਹ ਵੀ ਹੋ ਗਿਆ ਫਿਰ? ਇਹੀ ਗੱਲ ਕਬੀਰ ਸਾਹਿਬ ਨੇ ਕਹਿੰਦੇ ਨੇ ਕਿ ਜਦੋਂ ਉਹ ਮਾਤਾ ਦੇ ਪੇਟ ਵਿੱਚ ਹੈ ਬੱਚਾ, ਉਹਦੀ ਕੋਈ ਕੁੱਲ ਨਹੀਂ, ਉਹਦੀ ਕੋਈ ਜਾਤ ਨਹੀਂ, ਉਹ ਤਾਂ ਅਸੀਂ ਦਿੱਤਾ ਨਾ ਉਹਨੂੰ, ਕੁਛ ਮਰਜ਼ੀ ਕਹਿ ਦਿਓ। ਬੱਚਾ ਮਾਤਾ ਨੇ ਜੰਮ ਕੇ, ਆਪਾਂ ਕਈ ਵਾਰੀ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਮਾਂ ਨੇ ਬੱਚਾ ਛੱਡ ਕੇ ਚਲੀ ਗਈ ਜੀ, ਉਹ ਜਿਹਨੇ ਪਾਲਿਆ ਉਸ ਨੇ, ਕਬੀਰ ਸਾਹਿਬ ਨਾਲ ਵੀ ਇਹੀ ਸੀ, ਕੋਈ ਦੱਸ ਸਕਿਆ ਇਹਨਾਂ ਨੂੰ? ਅਤੇ ਕਬੀਰ ਸਾਹਿਬ ਨੇ ਗਰਭਪਾਤ ਮੈਂ ਕੁੱਲ ਨਹੀਂ ਜਾਤੀ, ਉਹਦੀ ਕੋਈ ਕੁੱਲ ਨਹੀਂ, ਕੋਈ ਜਾਤੀ ਨਹੀਂ ਹੈ, ਬ੍ਰਹਮ ਬਿੰਦ 'ਤੇ ਸਭ ਉਤਪਾਤੀ। ਜਿੰਨੀ ਉਤਪਤੀ ਹੁੰਦੀ ਉਸ ਪਰਮਾਤਮਾ ਦੀ ਬਿੰਦ ਤੋਂ,
ਉਸ ਤੋਂ ਪਹਿਲਾਂ ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ। ਜਦ ਸਾਰੇ ਇੱਕ ਤੋਂ ਪੈਦਾ ਹੋਏ ਅਸੀਂ ਕਹੋਰੇ ਪੰਡਿਤ ਬਾਹਮਣ ਕੱਬ ਕੇ ਹੋਏ। ਪੰਡਿਤਾ ਤੂੰ ਤੇ ਵਿਦਵਾਨ ਸੋ ਭਾਈ, ਤੁਸੀਂ ਤੇ ਪੜ੍ਹੇ ਲਿਖੇ ਹੋ, ਮੈਂ ਤੇ ਕਹਿੰਦੇ ਅਨਪੜ੍ਹ ਜਾ ਬੰਦਾ। ਕਬੀਰ ਸਾਹਿਬ ਕਹਿੰਦੇ ਮੈਂ ਤੇ ਗੱਜਲਾ ਹਾਂ, ਮੈਂ ਤੇ ਅਨਪੜ੍ਹ ਹਾਂ ਭਾਈ, ਤੁਸੀਂ ਤੇ ਪੰਡਿਤ ਹੋ, ਪੰਡਿਤ ਦਾ ਮਤੋਂ ਦਾ ਵਿਦਵਾਨ, ਤੁਸੀਂ ਤੇ ਵਿਦਵਾਨ ਹੋ, ਤੁਸੀਂ ਬਾਹਮਣ ਕਦੋਂ ਦੇ ਹੋ ਗਏ? ਬ੍ਰਾਹਮਣ ਤੇ ਬਾਹਮਣ ਦੋਵਾਂ 'ਚ ਫਰਕ ਹੈ। ਕਬੀਰ ਸਾਹਿਬ ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ, ਸਾਡਾ ਨਹੀਂ ਕੁਛ ਲੱਗਦਾ। ਬ੍ਰਾਹਮਣ ਜਿਹਨੂੰ ਬ੍ਰਹਮ ਬਰੇ ਗਿਆਨ ਹੈ। ਕਹੋਰੇ ਪੰਡਿਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਪਤ ਖੋਏ। ਬਾਹਮਣ ਕਹਿ ਕਹਿ ਕੇ ਆਪਣੇ ਆਪ ਨੂੰ ਤੁਸੀਂ ਜਨਮ ਮਤ ਖੁਆ ਬੈਠੇ ਆਪਣਾ। ਰਹਾਓ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਕਹਿੰਦੇ ਜੇ ਤੂੰ ਬ੍ਰਾਹਮਣ ਹੈ, ਬ੍ਰਾਹਮਣੀ ਨੇ ਜਾਇਆ, ਪੈਦਾ ਕੀਤਾ ਬ੍ਰਾਹਮਣੀ ਨੇ, ਤਾਂ ਆਨ ਬਾਟ ਕਾਹੇ ਨਹੀਂ ਆਇਆ? ਫਿਰ ਪੰਡਿਤ ਜੀ ਤੁਸੀਂ ਹੋਰ ਰਸਤੇ ਤੋਂ ਕਿਉਂ ਨਹੀਂ ਆਏ? ਜਿਸ ਤਰ੍ਹਾਂ ਅਸੀਂ ਜਨਮ ਲਿਆ ਉਸਨੇ ਤੁਸੀਂ ਲਿਆ, ਪ੍ਰਕਿਰਿਆ ਤੇ ਉਹੀ ਸਭ ਦੀ। ਤੁਮ ਕਦ ਬ੍ਰਾਹਮਣ ਹਮ ਕਦ ਸੂਦ, ਤੂੰ ਕਦੋਂ ਦਾ ਬ੍ਰਾਹਮਣ ਹੋ ਗਿਆ, ਅਸੀਂ ਕਦੋਂ ਦੇ ਸ਼ੂਦਰ ਹੋ ਗਏ? ਹਮ ਕਦ ਲੋਹੂ ਤੁਮ ਕਦ ਦੂਧ, ਜੇ ਸਾਡੇ 'ਚ ਲਹੂ ਚੱਲਦਾ ਤੇਰੇ 'ਚ ਫਿਰ ਦੁੱਧ ਕਿਉਂ ਨਹੀਂ ਚੱਲਦਾ? ਤੇਰੇ 'ਚ ਹੀ ਲਹੂ ਚੱਲਦਾ, ਖੂਨ ਤੇਰੇ 'ਚ ਹੈ, ਖੂਨ ਹੀ ਸਾਡੇ 'ਚ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ। ਕਬੀਰ ਸਾਹਿਬ ਫਿਰ ਆਪਣਾ ਫੈਸਲਾ ਦਿੰਦੇ ਨੇ, ਭਾਈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਉਸ ਵਾਹਿਗੁਰੂ ਕਾਲ ਪੁਰਖ ਦੇ ਨਾਮ ਦੀ ਗੱਲ ਕਰਦਾ, ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਕਬੀਰ ਸਾਹਿਬ ਕਹਿੰਦੇ ਸਾਡੇ ਵਿੱਚ, ਸਾਡੇ ਲੋਕਾਂ ਵਿੱਚ ਅਸੀਂ ਬ੍ਰਾਹਮਣ ਉਹਨੂੰ ਕਹਿੰਦੇ ਹਾਂ ਜਿਹੜਾ ਲੋਕ ਕੇ ਹੈ ਨਾ, ਕਈਅਤ ਹੈ ਹਮਾਰਾ ਸ਼ਬਦ ਹੈ ਕਬੀਰ ਸਾਹਿਬ ਦੇ ਬਾਣੀ 'ਚ, ਪੜ੍ਹਦੇ ਉਹਨੂੰ ਕਹਿੰਦੇ ਨੇ ਨਾ ਹਮ ਊਚ ਨਾ ਨੀਚ ਨਾ ਮੱਧਮ, ਹਮ ਹਰ ਕੇ ਲੋਕ, ਨਾ ਅਸੀਂ ਊਚਾਂ 'ਚ ਹਾਂ, ਨਾ ਅਸੀਂ ਨੀਚਿਆਂ 'ਚ ਹਾਂ, ਨਾ ਅਸੀਂ ਮੱਧਮਾਂ 'ਚ ਵਿਚਾਲਣੇ 'ਚ ਹਾਂ, ਅਸੀਂ ਤੇ ਹਰੀ ਦੇ ਲੋਕ ਹਾਂ, ਅਸੀਂ ਤੇ ਪਰਮਾਤਮਾ ਦੇ ਪਿਆਰੇ ਹਾਂ, ਸਾਡੀ ਕੋਈ ਜਾਤ ਕੁੱਲ ਨਹੀਂ ਹੈ। ਕਹਿੰਦੇ ਸਾਡੇ ਵਿੱਚ ਤੇ ਬ੍ਰਾਹਮਣ ਅਸੀਂ ਉਹਨੂੰ ਕਹਿੰਦੇ ਹਾਂ ਜਿਹਨੂੰ ਬ੍ਰਹਮ ਬਾਰੇ ਗਿਆਨ ਹੈ, ਜਿਹਨੂੰ ਪਰਮਾਤਮਾ ਬਾਰੇ ਨੌਲੇਜ ਹੈ, ਜਿਹੜਾ ਉਹਦੇ ਬਾਰੇ ਜਾਣਦਾ, ਜਿਹੜਾ ਨਾਮ ਰਸ ਨੂੰ ਪੀਂਦਾ, ਉਹ ਬ੍ਰਾਹਮਣ ਹੈ। ਇਹ ਕਰਕੇ ਜਾਤ ਪਾਤ ਦਾ ਜਿਹੜਾ ਕਲੇਰਾ ਸੀ ਉਹ ਟੁੱਟਿਆ, ਤੋੜਿਆ। ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਇਹ ਗੱਲ ਨੂੰ ਕਿ ਇਸ ਚੀਜ਼ ਸਾਡੀ ਨੂੰ ਅਸੀਂ ਅਜੇ ਇਸ ਕੋੜ ਨੂੰ ਆਪਣੇ ਤੋਂ ਲਾਹ ਨਹੀਂ ਸਕੇ, ਨਾਲੋਂ ਖੁਰਚ ਨਹੀਂ ਸਕੇ, ਜਦਕਿ ਤੀਜੇ ਪਾਤਸ਼ਾਹ ਨੇ ਪੂਰਨ ਤੌਰ 'ਤੇ ਸਖਤੀ ਨਾਲ ਬਿਆਨ ਕੀਤਾ ਸੀ ਕਿ ਜਿਨ੍ਹਾਂ ਨੇ ਮੇਰੇ ਦਰਸ਼ਨ ਕਰਨੇ ਨੇ ਉਹ ਬੌਲੀ ਵਿੱਚ ਇਸ਼ਨਾਨ ਕਰਕੇ ਅਤੇ ਸੰਗਤ ਵਿੱਚ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕ ਕੇ ਆਇਓ, ਫਿਰ ਮੇਰੇ ਦਰਸ਼ਨ ਹੋਣਗੇ। ਉਹਦਾ ਮਤਲਬ ਵੀ ਇਹੀ ਸੀ। ਦੂਜੇ ਪਾਤਸ਼ਾਹ ਇਸ ਸਮੇਂ ਭਾਈ ਯੋਧਾ ਹੋਏ ਨੇ, ਭਾਈ ਯੋਧਾ ਜਿਹੜੇ ਕਿ ਬ੍ਰਾਹਮਣ ਸਨ, ਚੌਬੇ ਸਨ, ਚਾਰ ਵੇਦਾਂ ਦੇ ਗਿਆਤਾ, ਸੰਸਕ੍ਰਿਤ ਦੇ ਵਿਦਵਾਨ, ਉਹ ਲੰਗਰ 'ਚ ਸੇਵਾ ਕਰਦੇ, ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਨੇ ਸਮਝਿਆ ਬਾਣੀ ਨੂੰ, ਫਿਰ ਉਹਨਾਂ ਦੀ ਗੱਲ ਕਰਦਾ ਮੈਂ। ਤਾਂ ਦੂਜੇ ਪਾਸੇ ਨੇ ਹੁਕਮ ਕੀਤਾ ਕਿ ਸਭ ਨੇ ਹੀ ਲੰਗਰ ਪੰਗਤ ਵਿੱਚ ਬੈਠ ਕੇ ਛਕਣਾ, ਹੁਕਮ ਹੈ ਗੁਰੂ ਦਾ, ਬਸ ਕਹਿਤਾ। ਇੰਨੀ ਗੱਲ ਜਦੋਂ ਹੋਈ ਤਾਂ ਕੁਝ ਸਮੇਂ ਬਾਅਦ ਸਿੱਖਾਂ ਨੇ ਜਾ ਕੇ ਦੂਜੇ ਪਾਤਸ਼ਾਹ ਅੱਗੇ ਸ਼ਿਕਾਇਤ ਕੀਤੀ, ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਉਹ ਕਿ ਜਿਹੜੇ ਭਾਈ ਯੋਧਾ ਹੈ ਉਹ ਲੰਗਰ ਵਿੱਚ ਕੰਮ ਕਰਦੇ ਨੇ, ਲੰਗਰ ਵਿੱਚ ਸੇਵਾ ਕਰਦੇ ਨੇ, ਅਸੀਂ ਕਦੇ ਵੀ ਉਹਨਾਂ ਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਦੇਖਿਆ। ਭਾਈ ਯੋਧਾ ਨੂੰ ਬੁਲਾਇਆ, ਮਹਾਰਾਜ ਤਾਂ ਜਾਣਦੇ ਸੀ, ਭਾਈ ਯੋਧਾ ਨੂੰ ਸੰਗਤ 'ਚ ਬੁਲਾਇਆ ਗਿਆ ਕਿ ਭਾਈ ਯੋਧਾ ਤੁਹਾਡੀ ਸ਼ਿਕਾਇਤ ਆਈ ਸੰਗਤ ਵੱਲੋਂ ਵੀ ਤੁਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ, ਤੁਸੀਂ ਸੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਕਿਉਂ ਨਹੀਂ ਛਕਦੇ? ਉਹ ਕਹਿੰਦਾ ਜੀ ਮਹਾਰਾਜ ਗੱਲ ਬਿਲਕੁਲ ਸਹੀ ਹੈ, ਮੈਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਦਾ। ਅਤੇ ਮਹਾਰਾਜ ਨੇ ਪੁੱਛਿਆ ਭਾਈ ਫਿਰ ਕਦੋਂ ਛਕਦਾ?
ਕਹਿੰਦਾ ਜਦੋਂ ਸਾਰਾ ਲੰਗਰ ਦਾ ਕੰਮ ਹੋ ਜਾਂਦਾ, ਬਰਤਨ ਜੂਠ ਜਿਹੜੀ ਬਚਦੀ ਮੈਂ ਫਿਰ ਉਹ ਛਕਦਾ। ਮਹਾਰਾਜ ਪੁੱਛਿਆ ਇੰਝ ਕਿਉਂ ਕਰਦਾ? ਤਾਂ ਕਿ ਮੇਰਾ ਅੰਦਰਲਾ ਹੰਕਾਰ ਟੁੱਟ ਜਾਏ। ਅਸੀਂ ਬ੍ਰਾਹਮਣਾਂ ਵਿੱਚੋਂ ਸਭ ਤੋਂ ਉੱਚੀ ਜਾਤੀ ਦਿਖਵਾਉਂਦੇ ਹਾਂ ਜੀ, ਤਾਂ ਕਿ ਇਹ ਉੱਚੀ ਜਾਤੀ ਦਾ ਮੇਰਾ ਹੰਕਾਰ ਟੁੱਟ ਜਾਏ। ਅਤੇ ਮਹਾਰਾਜ ਨੇ ਉਦੋਂ ਕਿਹਾ ਕਿ ਨਹੀਂ, ਇਹ ਤੇਰੀ ਸ਼ਰਧਾ ਦੇ ਅਧੀਨ ਹੋ ਕੇ ਕਈ ਲੋਕ ਫਿਰ ਜੂਠ ਖਾਣੀ ਲੱਗ ਜਾਣਗੇ, ਮੇਰਾ ਸਿੱਖ ਜੂਠ ਨਹੀਂ ਖਾਂਦਾ, ਇਸ ਕਰਕੇ ਅੱਜ ਤੋਂ ਗੁਰੂ ਦਾ ਹੁਕਮ ਹੈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ। ਸੋ ਜਿਨ੍ਹਾਂ ਨੇ ਆਪਣੇ ਆਪ ਨੂੰ ਤੋੜਿਆ, ਮਰੋੜਿਆ, ਇਸ ਹੰਕਾਰ ਨੂੰ ਭੰਨਿਆ, ਉਹਨਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਅਤੇ ਉਹਨਾਂ ਨੇ ਫਿਰ ਉਸ ਚੀਜ਼ ਨੂੰ ਪ੍ਰਾਪਤ ਵੀ ਕੀਤਾ। ਆਓ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਾਡਾ ਇਹ ਹੰਕਾਰ, ਸਾਡਾ ਇਮਾਨ ਟੁੱਟੇ, ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਵੇ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।